ਤਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਤੇ ਦੋਸਤੋ ਇੱਕ ਬਹੁਤ ਜਿਆਦਾ ਵੱਡੀ ਖਬਰ ਆ ਰਹੀ ਹੈ ਕਿ ਦੋਸਤੋ 26 ਨਵੰਬਰ ਤੋਂ ਤੁਹਾਡੇ ਬਾਈ ਮੰਥਲੀ ਐਗਜ਼ਾਮ ਸ਼ੁਰੂ ਹੋਣਗੇ ਤੇ ਇਹ ਖਬਰ ਕਿੱਥੋਂ ਆਈ ਹੈ ਤੇ ਕਿਵੇਂ ਆਈ ਹੈ ਆਈ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਹਾਂ ਮੰਗਰ ਯਾਰ ਉਸ ਤੋਂ ਪਹਿਲਾਂ ਫਟਾਫਟ ਸਾਡੇ ਵੀਡੀਓ ਨੂੰ ਲਾਈਕ ਕਰੋ ਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਉੱਤੇ ਐਜੂਕੇਸ਼ਨ ਦੇ ਰਿਲੇਟਡ ਕੰਟੈਂਟ ਆਂਦਾ ਰਹਿੰਦਾ ਹੈ ਤੇ ਦੋਸਤੋ ਜੇਕਰ ਤੁਸੀਂ ਪੰਜਾਬ ਬੋਰਡ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਕਿਉਂ ਤੇ ਚਲਿਏ ਦੋਸਤੋ ਵੀਡੀਓ ਚੱਗੇ ਵਧਦੇ ਹਾਂ ਤੇ ਦੋਸਤੋ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਐਜੂਕੇਸ਼ਨ ਅਲਰਟ ਪੰਜਾਬ ਦੇ ਸਰਕਾਰੀ ਸਕੂਲਾਂ ਚ 26 ਨਵੰਬਰ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹਦਾਇਤਾਂ ਠੀਕ ਹੈ ਦੋਸਤੋ ਤੇ ਨੋਟਿਸ ਦੇ ਪਾਰਟ 12 ਤੁਹਾਨੂੰ ਲੈ ਕੇ ਚੱਲਦੇ ਹਾਂ ਤਾਂ ਹਾਂਜੀ ਦੋਸਤੋ ਇਹ ਹੈ ਫੁੱਲ ਨੋਟਿਸ ਦਾ ਤੁਹਾਨੂੰ ਇਹ ਪੜ੍ਹ ਕੇ ਸੁਣਾਉਣੇ ਹਾਂ ਜਾਗਰਣ ਸਦਵਤਾ ਲੁਧਿਆਣਾ ਠੀਕ ਹੈ ਦੋਸਤੋ ਸਰਕਾਰੀ ਸਕੂਲਾਂ ਚ ਬਾਇਮੰਥਲੀ ਪ੍ਰੀਖਿਆਵਾਂ ਇਸ ਮਹੀਨੇ ਤੋਂ ਸ਼ੁਰੂ ਹੋ ਜਾ ਰਹੀਆਂ ਹਨ ਠੀਕ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਨਵੰਬਰ ਮਹੀਨੇ ਵਿੱਚ ਬਾਈ ਮੰਥਲੀ ਪ੍ਰੀਖਿਆਵਾਂ ਹੁੰਦੀਆਂ ਹਨ ਤੇ ਲਿਖਿਆ ਹੈ ਸਿੱਖਿਆ ਵਿਭਾਗ ਨੇ ਉਹ ਪ੍ਰੀਖਿਆਵਾਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਕੈਂਡਰੀ ਸਕੂਲ ਮੁਖੀਆਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ ਕਿਹਾ ਗਿਆ ਹੈ ਸਾਰੇ ਸਕੂਲਾਂ ਚ ਸੂਚਾਰੂ ਢੰਗ ਨਾਲ ਪ੍ਰੀਖਿਆਵਾਂ ਜਮਾਤ 6ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਨੂੰ ਹੋਣਗੀਆਂ ਯਾਨੀ ਕਿ ਦੋਸਤੋ 6ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਬਾਈ ਮੰਥਲੀ ਸ਼ੁਰੂ ਹੋ ਜਾ ਰਹੀਆਂ ਹਨ ਤੇ ਯਾਰ ऐसे रिलेटेड अपडेट्स ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ